चल चल जंग जित के थोड़ी ना आ रहे ने। तू ना मेरे सल दे मुंह सीधा करी कदे है। जंग जित नाल छोटी मोटी चीज है कि अड हो के दो भाई फिर एक चुले दे आ रहे ने है। चंगे भले अड वेड है, ठीक है, एक बार फिर सोच लो मेरी माँ जाया भाई कल तू कह तू ना कह भाई है। मैं तुम यह थोड़ी ना कहनी हाँ मुड़ के तीवी इतने आन के फिर उ कलेश कर चौधरदारी कर मेरी गल सुन ल। मेरे सड़ के दो मरू बूथड़ जे आके मथे मुथे बट पाए समझ गई मेरी गल आगे समान लेके चंगा भला मूह मिठा करा के अंदर बाड़ी तेल चो के अंदर बाड़ी हस के मिली मेरे तो नहीं तेल चोया जांदा। फिर तू आए करी तू तेल ना चोवी फिर तेरे मैं तेरा खून चोऊंगा इत्थे ओना पिछे लग के घर जा करू तेरा फिर मैं इंजन इत्थे सोच ला हजे भी मौका है। मैं सोच ला तू सोच ला हुण अपना जिहदा इंजन कराउणा फिर तू देख ली फिर पाली तौड़ी ओहदी मथे ते समझ गई मेरी गल। कोई नहीं हस के मिली जे मेरे सारे मूह बिंगा टेढ़ा करे मेरी निगाह तेरे च ही होगी फिर हिसाब ला ली आपका। हाँ जुत्तियां मारन नूं ही रहना ट्रैक्टर की आवाज आती है। मशीनरी बड़ा है बड़ा ट्रैक्टर चिखरा ला मारे तेल तूल मंगा कर आगे आगे तेल मंगा बंद कर ला बंद कर दे मशीनरी अच्छी बंद कर दे नहीं सर भी नहीं सर भी बहुत देखे पहली बार देखा जिंदगी कोई बंदे मासी आ गई अरदास करोड़ बग गया गुरुद्वारे पिछे रह तेल पा उधर कर पहली बार मासी
धन है गुरु नानक देव। चल 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 अरदास जो सच्चा मन सारा ना परमात्मा भी सुन लेंदा मन च सच्चाई हो परमात्मा खड़ा तू ना चको तेरी बाह दुखदी है कोई ना ला बड़ा मोटा चक्का गए मैं तो फिर तोले करके मैं बाजा नहीं चक्का बुलाने गए नहीं तू आई हूं हैं तू अंदर आ जा कोई नहीं ला आ गया ना लावेंगे सी कोई ना लावेंगे सी सब आ गए मां के नाग आ गया कोई ओए ऐसा नाव नहीं लंदे होंदे आ फड़ दो पुछ के पुछ छड़ दो छड़ दो पुछ के मैं फड़या उतरो ए चलो कोई ना प्रीत होरा नु बुला दे ओ ला देंगे अरे आया का बाबे मेरा गोडा नहीं मुड़दा मेरी गल सुन भाई तू कोई अंदर बह जा आप ही चक लेने चल कोई ना जिन्ने को मेरी जान पाने मैं कम करूंगी कोई ना ला लेंगे तू पता दे चल मंजा ले जा आ मंजा ले जा ले फड़ा कई ना लगे जाई मैं कई दिन तो देख रहा यार कई चीजा नवी नवी ले नवा फोन लिया है कितो कि ਤੈਨੂੰ ਪਤਾ ਤਾਂ ਹੈ ਆਈਪੀਐਲ ਚੱਲੀ ਜਾਂਦਾ ਉੱਥੇ ਆਪਣੇ ਫੇਵਰਿਟ ਟੀਮਾਂ ਤੇ ਆਪਣੇ ਫੇਵਰਿਟ ਪਲੇਅਰ ਵੀ ਖੇਡ ਰਹੇ ਨੇ ਕਿਉਂ ਨਾ ਆਈਪੀਐਲ ਨੂੰ ਇੰਜੋਏ ਕਰਨ ਦੇ ਨਾਲ-ਨਾਲ ਉੱਥੇ ਪੈਸਾ ਵੀ ਕਮਾਇਆ ਜਾਵੇ ਆਈਪੀਐਲ ਦੇ ਨਾਲ-ਨਾਲ ਪੈਸਾ ਕਿਵੇਂ ਕਮਾ ਸਕਦੇ ਹਾਂ ਤੂੰ ਸਹੀ ਸੁਣਿਆ ਮੈਂ 1x ਬੈਟ ਤੋਂ ਹੀ ਤਾਂ ਪੈਸੇ ਕਮਾ ਰਿਹਾ ਇਹਨਾਂ ਨੇ ਸਭ ਤੋਂ ਬੈਸਟ ਪਲੇਟਫਾਰਮ ਹੈ ਕ੍ਰਿਕਟ ਲਵਰ ਦੇ ਲਈ ਇਹਦੇ ਵਿੱਚ ਤੈਨੂੰ 24 ਘੰਟੇ ਕਸਟਮਰ ਸਪੋਰਟ ਮਿਲੂ ਇਨਸਟੈਂਟ ਵਿਦਡਰਾ ਮਿਲੂਗਾ ਤੇ ਯੂਪੀਆਈ ਬੈਂਕ ਅਕਾਊਂਟ ਸਿੱਧੀ ਕਰ ਸਕਦੇ ਤੂੰ ਜਦੋਂ ਮਰਜ਼ੀ ਅੱਛਾ ਹਾਂ ਇਹਦੇ ਵਿੱਚ ਆਈਪੀਐਲ ਦੇ ਗਿਵ ਅਵੇ ਵੀ ਚੱਲ ਰਹੇ ਨੇ ਕੰਨ ਨੈਕਸਨ ਕਾਰਾਂ ਏਵੀ ਕਾਰਸ ਐਕਸਪੈਂਸਿਵ ਫੋਨ ਹੋਰ ਵੀ ਬਹੁਤ ਸਾਰੇ ਗਿਫਟ ਮਿਲਦੇ ਨੇ ਬੱਲੇ ਯਾਰ ਇਹ ਤਾਂ ਬਹੁਤ ਵਧੀਆ ਚੀਜ਼ ਹੈ ਯਾਰ ਹੋਰ ਮੈਂ ਕਿਵੇਂ ਰਜਿਸਟਰ ਕਰ ਸਕਦਾ ਇੱਥੇ ਇੱਕ ਚੀਜ਼ ਹੋਰ ਦੱਸ ਮੇਰੇ ਜਿੱਤਣ ਦੇ ਪਰਸੈਂਟੇਜ ਵਧਾ ਸਕਦਾ ਕਿਸੇ ਤਰ੍ਹਾਂ ਤੂੰ ਮੇਰੇ ਪ੍ਰੋਮੋ ਕੋਡ ਨਾਲ ਬਹੁਤ ਛੇਤੀ ਵਿਨਿੰਗ ਕਰ ਸਕਦਾ ਅੱਛਾ ਯਾਰ ਫਿਰ ਤਾਂ ਮੈਂ ਹੁਣੇ ਜੁਆਇਨ ਕਰਦਾ ਯਾਰ ਬਾਨ ਐਕਸਪਰਟ ਹਾਂ ਛੇਤੀ ਜੁਆਇਨ ਕਰ ਤੇਰੀ ਕਾਰ ਤਰ੍ਹਾਂ ਵੇਟ ਕਰੀ ਜਾਂਦੀ ਐ ਤੇ ਤੁਸੀਂ ਮੇਰਾ ਪ੍ਰੋਮੋ ਕੋਡ ਯੂਜ਼ ਕਰਕੇ ਜਿੱਤ ਸਕਦੇ ਹੋ 66000 ਤੱਕ ਦਾ ਬੋਨਸ ਠੀਕ ਹੈ ਮੈਂ ਹੁਣੇ ਜੁਆਇਨ ਕਰਦਾ ਤੇ ਹੁਣ ਦੇਖੋ ਮਿੱਤਰੋ ਫਿਲਮਾਂ ਯਾ ਸਰ ਵੀ ਤੂੰ ਭਾਂਡੇ ਮਾਂਜ ਲੈ ਮੈਂ ਪਾਣੀ ਪਿਆ ਦਿੰਨੀ ਆ ਰਹਿਣ ਦੇ ਮੈਂ ਆਪੇ ਪਿਆ ਦੂੰਗੀ ਵਧੀਆ ਹੋ ਗਿਆ ਚਲੋ ਆ ਜੱਗਾ ਹੋ ਗਿਆ ਪਿੰਡ 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 ਵਾਲੇ ਮਾਂ ਇਹ ਦੇਖ ਰਹੀ ਜੱਗ ਤੱਕ ਮੂੰਹ ਵੀ ਇਹ ਕੀ ਹੋ ਗਿਆ ਹੈ ਪਿੰਡ ਵਾਲੇ ਤਾਂ ਮੱਚੇ ਪਏ ਨੇ ਮੂੰਹ ਤਾਂ ਮੱਖੀ ਨਹੀਂ ਉੜਦੀ ਕੰਨਾਂ ਦੇ ਤੱਜ ਕੰਨਾਂ ਦੇ ਤਾਂ ਨਹੀਂ ਪਤਾ ਰੋਟੀ ਨਾ ਨੰਗੇ ਅੱਜ ਮੇਰਾ ਭਾਈ ਝੂਠਾ ਦੁੱਧ ਪੱਤੀ ਜੀ ਬਣਾ ਲੈਗਾ ਕਾਲੀ ਜੀ ਚੰਗਾ ਬੁਲਾਇ ਦੱਸਿਆ ਉਹ ਦੱਸਿਆ ਉਹ ਮੁੰਡਿਆ ਹਾਂ ਹਾਂ ਦੇਖ ਪੁੱਤਾ ਇਕੱਠੇ ਕਰਾਉਣ ਵਾਲਿਆਂ ਨੇ ਇਕੱਠੇ ਕਰਾਤਾ ਹੈ ਹੁਣ ਮੜਾ ਜਾ ਲੋਕਾਂ ਤੋਂ ਬਚ ਕੇ ਰਹੀ ਹਾਂ ਇਹ ਜਿਹੜੇ ਮੇਰੇ ਸਾਲੇ ਦੇ ਉਂਗਲਾਂ ਲਾਉਣ ਵਾਲੇ ਹੁੰਦੇ ਨੇ
ਆਪਣੇ ਬੱਚੇ ਹੁੰਦੇ ਨੇ ਕਈ ਵਾਰ ਆਪਾਂ ਘਰੀ ਸੱਪ ਪਾਲ ਲੈਂਦੇ ਬੰਤ ਆਹੋ ਪਤਾ ਨਹੀਂ ਹੁੰਦਾ ਮੇਰਾ ਬੱਚਾ ਛੇੜੀ ਵੀ ਕੁੱਟੀ ਜਾ ਹਾਂ ਹਾਂ ਨਾ ਬਚ ਕੇ ਰਹਿਣਾ ਚਾਹੀਦਾ ਭਾਈ ਛੇੜੀ ਵੀ ਕੁੱਟ ਦਿੰਦੇ ਸੀ ਪਹਿਲੇ ਬੋਲ ਤੇ ਆ ਜਾਂਦੇ ਚੱਲ ਕੋਈ ਨਾ ਠੇ ਕਰਾਉਣ ਵਾਲੇ ਦੂਰ ਹੁੰਦੇ ਨੇ ਪੁੱਤ ਅੱਡ ਕਰਾਉਣ ਵਾਲੇ ਲਵੀ ਹੁੰਦੇ ਨੇ ਹਾਂ ਖੱਬੇ ਸੱਜੀ ਬੈਠੇ ਹੁੰਦੇ ਨੇ ਲੈ ਮੇਰੀ ਗੱਲ ਸੁਣੋ ਹੁਣ ਮੈਂ ਮੇਰੀ ਗੱਲ ਸੁਣਾ ਪਹਿਲਾਂ ਮੈਂ ਜਾਵਾਂ ਬੰਤ ਕੋਈ ਨਾ ਮੈਂ ਗੱਲ ਸੁਣਾ ਮੈਂ ਉਧਰ ਰਾਜਾ ਬਣਾਉਣਾ ਕਪਾਏ ਨੂੰ ਛੱਡਿਆ ਉਹਨਾਂ ਦਾ ਚੱਕਰ ਕੋਈ ਨਾ ਛੱਡਿਆ ਜਾਣੇ ਵੀ ਉਹ ਮੁੰਡੇ ਕੋ ਮਿਲ ਲਿਆ ਆ ਕੱਢ ਡਾਇਰੈਕਟਰ ਦਾ ਪੁੱਤ ਮੈਂ ਤਾਂ ਜਾਵਾਂ ਉਹ ਲੈ ਜੀ ਜਾਂਦੇ ਨਾ 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 ਚੱਲ ਪਾਣੀ ਦੀ ਘੁੱਟ ਭਰ ਲੈਣਾ ਹੋਰ ਹੱਥ ਨੇ ਮਰੀ ਗੇੜਾ ਬੈਨੇ ਆਪਾਂ ਬੈਠਾਂਗੇ ਹਾਂ ਉਹੀ ਕਹਿ ਲੈ ਜੱਥੇ ਆਂ ਤਾਂ ਚੋਹਣ ਮੰਨੂ ਰਾਜੇ ਹਾਂ ਲੈ ਭਾਈ ਸਵਾਤ ਦੇਖੋ ਕਿਹੜੀ ਲੈਣੀ ਆ ਤਾਂ ਇਧਰਲੀ ਸਵਾਤ ਲੈਣੀ ਆ ਕੋ ਉਧਰਲੀ ਲੈਣੀ ਆ ਚੰਗਾ ਬੱਤ ਚੰਗਾ ਪੀ ਮੈਂ ਛੱਡਣਾ ਜੱਥੇ ਹਾਂ ਕੋਈ ਨਾ ਆ ਜਾ ਨਹੀਂ ਮੈਂ ਅਜਾ ਬਾਈ ਜੋ ਪਤੋਏ ਮੈਨੂੰ ਤਾਂ ਕੰਜਦਾ ਲੱਗਦਾ ਨਹੀਂ ਜੱਸੇ ਹਾਂ ਮੈਂ ਕਿਹਾ ਹੁਣ ਵਿਛੜ ਗਏ ਹੁਣ ਤਾਂ ਸੇਵਾ ਜੀ ਮਿਲਾਂਗੇ ਲੈ 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 ਹੈ ਹੋਰ ਕੋਈ ਨਾ ਤੋਹੀ ਜੇ ਗੱਲਾਂ ਮੈਂ ਜ਼ਿੰਦਗੀ ਮੇਰੀ ਏਡੀ ਹੋ ਗਈ ਉਮਰ ਮੈਂ ਦੋ ਭਾਈ ਅੱਡ ਹੋ ਕੇ ਇਕੱਠੇ ਹੁੰਦੇ ਕਦੇ ਨਹੀਂ ਦੇਖੇ ਤੇ ਐ ਦਿਖਾਤੇ ਫਿਰ ਹੈ ਐ ਹੁੰਦਾ ਨਾ ਅੱਡ ਹੋ ਕੇ ਵੀ ਮੈਂ ਮੂਰੇ ਨੰਗ ਜਾ ਕਹਿੰਦਾ ਮੈਂ ਮੂਰੇ ਨੰਗ ਜਾ ਮੇਰਾ ਬਣ ਜੇ ਕੁਝ ਦੇਖ ਇਹ ਤਾਂ ਪਰਮਾਤਮਾ ਦੇ ਆ ਦੇਖ ਆ ਪੱਲੇ ਝੂਲੀ ਚ ਪਾਤਾ ਉਹ ਸਾਰਾ ਕੁਝ ਸਾਰਾ ਕੁਝ ਹੈ ਸਾਡੇ ਵਰਗਾ ਤਾਂ ਇੱਕ ਨਹੀਂ ਦੀ ਉਹਨਾਂ ਦਾ ਕਹਿਣਾ ਬਸ ਉਂਗਲਾਂ ਜਿਹੜੀਆਂ ਲੱਗ ਲੋਕ ਬਚਾੜਾ ਮੀਨੇ ਕੁੱਤੜੇ ਨੇ ਲੋਕ ਉਂਗਲਾਂ ਵਾਲੇ ਲੜਾਉਂਦੇ ਨੇ ਸਾਨੂੰ ਹਾਂ ਹੈ ਤੈਨੂੰ ਭਾਈ ਕਿਸੇ ਚੀਜ਼ ਦੀ ਲੋੜ ਹੋਇਆ ਕਰੇ ਤੂੰ ਮੈਨੂੰ ਕਿਹਾ ਕਰ ਵੀ ਭਈ ਆ ਚੀਜ਼ ਦੀ ਲੋੜ ਹੈ ਤੈਨੂੰ ਅੱਧੇ ਬੋਲ ਹਾਜ਼ਰ ਕਰਿਆ ਕਰ ਆ ਜਾ ਨਹੀਂ ਕੋਈ ਨਾ ਆਪੀ ਨਾਲ ਮਿਲ ਲੈ ਹੁਣ ਐਂ ਦੱਸ ਮੈਨੂੰ ਸਵਾਤ ਫਿੱਟ ਇਧਰਲੀ ਤੈ ਰੱਖਣੀਆਂ ਕੋ ਉਧਰਲੀ ਰੱਖਣੀਆਂ ਤਾਂ ਮੈਨੂੰ ਐਂ ਦੱਸ ਇਹ ਨਵਾਂ ਲੈ ਲੈ ਤੂੰ ਕਮਰਾ ਨਹੀਂ ਮੇਰੀ ਗੱਲ ਸੁਣ ਕੋਈ ਨਾ ਸਵਾਤ ਸਬੂਤ ਨੂੰ ਕੀ ਆ ਇਕੱਠੀ ਰਹਿਣਾਗੇ ਆਪੀ ਨਾਲ ਮਿਲ ਕੇ ਰਹੀ ਜਾਵਾਂਗੇ ਕਦੇ ਇਹ ਚੱਲ ਫਿਰ ਉਹ ਹੁੰਦਾ ਕੁਛ ਨਹੀਂ ਪਤਾ ਕੀ ਗੱਲ ਹੈ ਇਹਦੇ ਨਿੱਕਾ ਨੇਣਾ ਹੋਣ ਵਾਲਾ ਮੈਨੂੰ ਪਤਾ ਹੈ ਬਮਾ ਢੇਲੀ ਮੱਠੀ ਰਹਦੀ ਹੈ ਆ ਏਸੀ ਵਾਲਾ ਕਮਰਾ ਲਓ ਤੁਸੀਂ ਉਹ ਬਾਹਰ ਕੂਲਰ ਲੱਗਿਆ ਹੋਇਆ ਉਧਰ ਲਾਓ ਲੈ ਲੈ ਹੁਣ ਤੱਕ ਕਿਹੜਾ ਏਸੀਆਂ 'ਚ ਰਿਹਾ ਕੋਈ ਨਾ ਪੱਖਾ ਨਾ ਲੈ ਕਰਾਂਗੇ ਮੇਰੀ ਗੱਲ ਸੁਣ ਬਾਈ ਤੂੰ ਲੈ ਲਾ ਕਮਰਾ ਜੀ ਉਹ ਨਹੀਂ ਪਤਾ ਕੀ ਗੱਲ ਹੈ ਰਹਾਂਗੇ ਨਾਲੇ ਮੇਰੇ ਹੱਥ ਥਰਜਿਆ ਕਰਨਗੇ ਗਰਮੀ ਬਾਹਲੀ ਪਿਆ ਕੀ ਕਰਨਾ ਤਾਂ ਹੈ ਕੀ ਤੈਨੂੰ ਕੀ ਕਰਨਾ ਉਰੇ ਤੈਨੂੰ ਕੱਲੀ ਨੂੰ ਲਵਾ ਕੇ ਦੇ ਦੇਣਾ ਬਰਲ ਪੂਲ ਦਾ ਜਵਾਕਾ ਕੋਲੇ ਰਹੂੰਗੀ ਤੂੰ ਰਹੇਂਗੀ ਦਾਈ ਗਾਂ ਜੀ ਉਰੇ ਟੰਡ ਫੋੜੀ ਚੱਕ ਦੋ ਤੁਰਦੇ ਹੀ ਲੱਗਾ ਮੈਂ ਤਾਂ ਕੋਈ ਨਹੀਂ ਕਿਤੇ ਜਾਂਦੀ ਲੱਡੇ ਵਰਗੇ ਮੂੰਹ ਵਾਲੀ ਕਮੇ ਬਿਠਾਤੀ ਉਰੇ ਕੁਰਸੀ ਤੇ ਕੋਈ ਰਾਣੀ ਨਹੀਂ ਕਰਦਾ ਕਰ ਮਾੜਾ ਮੁੰਡਾ ਇੱਥੇ ਰਹੂੰਗੀ ਮੇਰੀ ਗੱਲ ਸੁਣਨਾ ਨਾ ਮੈਂ ਜਮਾ ਅੱਜ ਨਾ ਮੈਂ ਜਮਾ ਕੱਲ ਠੀਕ ਆ ਤੂੰ ਵਿੱਚ ਬੜਾ ਕਰ ਵਿੱਚ ਫੁੱਫੜ ਬੜਾ ਫਰਦਰ ਨਾ ਮਾਸੀ ਦੇਖਿਆ ਗੱਲ ਰਿਸ਼ਤੇਦਾਰ ਆਉਣ ਜਾਣ ਵਧੀਆ ਹੁੰਦਾ ਤੂੰ ਕਰਦਾ ਮੈਂ ਜਿਹੜੇ ਕੁੜੀ ਕੋਲੇ ਜਵਾਕ ਨਹੀਂ ਹੁੰਦਾ ਆਪਾਂ ਤਾਂ ਕਿਤੇ ਨਹੀਂ ਜਾਂਦੇ ਪਰ ਹੁਣ ਗੱਲ ਤਾਂ ਕਰ ਲੈਂਦੇ ਸਾਨੂੰ ਕੋਈ ਪ੍ਰਧਾਨ ਬਣ ਕੇ ਬਹਿ ਜਾਂਦੀਆਂ ਤੂੰ ਨਹੀਂ ਜਿਹੜੇ ਪੈ ਜਾ ਉਧਰ ਪੁੱਤ ਪੈ ਜਾ ਕਰੀਆਂ ਉਹਨਾਂ ਨੂੰ ਨਹੀਂ ਕਿਤੇ ਜਾਂਦੀ ਮੈਂ ਤਾਂ ਵਿੱਚ ਬਹੂੰਗੀ ਦੂਜਾ ਬੰਦਾ ਬਣ ਜੇ ਦੂਜਾ ਨਹੀਂ ਬੰਦਾ ਬਣਦੀ ਜੇ ਪਾਏਗੀ ਤੂੰ ਬੱਚਾ ਵਾਲੇ ਚੱਲ ਜੀ ਸਾਡਾ ਤਾਂ ਘਰ ਦਾ ਮਸਲਾ ਤੂੰ ਨਾ ਬੋਲ ਜਿਸ ਨੂੰ ਮੈਂ ਤਾਂ ਬਾਹਰ ਆ ਮੈਂ ਵੀ ਕਰਦੀ ਬਾਹਰ ਆ ਨਾਲੇ ਹੋਰ ਆ ਮਾਈ ਦੇ ਪਰਛੇ ਮਾਰੂੰ ਟੱਕ ਮੈਂ ਤੇਰੇ ਜੇ ਹੁਣ ਤੁਸੀਂ ਸਾਰਾ ਟੱਬਰ ਇਕੱਠੇ ਹੋ ਗਏ ਤੇ ਮੈਂ ਹੁਣ ਕੌਣ ਹੋ ਗਈ ਹੈ ਹੁਣ ਮੈਂ ਖਾਮ ਖਾ ਹੋ ਗਈ ਤੂੰ ਹੁਣ ਦਿੰਦੀ ਤੀ ਤੂੰ ਬਦਕਾਰਿਆ ਹੁਣ ਦਿੰਦੀ ਤੂੰ ਇਕੱਠੇ ਪੁੱਠੇ ਤੇ ਮਨੂ ਮੈਂ ਯਾਰ ਇਹਦੇ ਨਾਲ ਤੂੰ ਦਿਮਾਗ ਮੇਰੇ ਨਾਲ ਵਾਲ ਮੂੰਹ ਜਾਣ ਲੱਗਿਆ ਕਰ ਤੂੰ ਪਰ ਛੜੀ ਹੋਈ ਤੇ ਲੱਗੂ ਨਾ ਹੁੰਦੀ ਨਹੀਂ ਧੌਂਦੀ ਨਹੀਂ ਤੂੰ ਤਾਂ ਮਾਰ ਗਿਆ ਲਿਖ ਰਿਆ ਸਾਂ ਤੂੰ ਵਾਲੀ ਬੱਕਰੀ ਸਾਲ ਲੇਟ ਨਾਲ ਨਾ ਲਾਪੀ ਬਹੁਤ ਬਟਣਾ ਲਾ ਇਹਨਾਂ ਕਰਕੇ ਕਿਹਾ ਦੂਆਂ ਚਾੜੂ ਜਾ ਰਹੀ ਜੀ ਇੱਥੇ ਬਿਸਤਰਿਆਂ ਤੇ ਇਹਨੂੰ ਡੱਕਰੋ ਇੱਥੇ ਦੇਖ ਰਸਤਾ ਵੀ ਹੈ ਹੂੰ ਕੀ ਆਉ ਜਾਂਦਾ ਨਾ ਆਪਾਂ ਅੰਦਰ ਬਾੜ ਨਾਲੋਂ ਆਏਗਾ ਇੱਥੇ ਬਾਈ ਆਪੀ ਮਿਲ ਲਿਆ ਕਰੂਗਾ ਉਹ ਨਹੀਂ ਇੱਥੇ ਤੂੰ ਪਿਆ ਕਰੋ ਮੇਰੀ ਗੱਲ ਸੁਣ ਇੱਧਰ ਸਾਹਮਣੇ ਮੱਥੇ ਮੈਂ ਪਿਆ ਕਰੂ ਇੱਥੇ ਅਸੀਂ ਇੱਧਰ ਲਵਾ ਲਾਂਗੇ ਹਾਂ ਵਾਟਰ ਕੂਲਰ ਠੰਡੇ ਵਾਲਾ ਕਿਤੇ ਇੱਧਰ ਹੀ ਲੱਗਾ ਹੋਇਆ ਕਮਰੇ 'ਚ ਹਾਂ ਹਾਂ ਬਸ ਫਿਰ ਉੱਧਰ ਤੁਸੀਂ ਪੈ ਜਾ ਕਰੋ ਭਈ ਐਂ ਕਰ ਲਓ ਹੋਰ ਹੁਣ ਰਲ ਮਿਲ ਕੇ ਰਹਿਣਾ ਪਊ ਮੇਰਾ ਛੇਰ ਦੇਖ ਲਓ ਹੁਣ ਚੱਲ ਕੋਈ ਨਾ ਰਹਿ ਲੈ ਇੱਕ ਗੱਲ ਹੋਰ ਪੁੱਤ ਮੇਰੀ ਗੱਲ ਦੋਏ ਸੁਣ ਲਓ ਤੀਓ ਇਹ ਜਿਵੇਂ ਮਰਜ਼ੀ ਵੱਟ ਮਰੀ ਜਾਣ ਦੋਏ ਭਾਈ ਤੁਸੀਂ ਨਹੀਂ ਬੱਚ ਬੋਲ ਨਾ ਬੋਲਣਾ ਕਾਹਦਾ ਨਹੀਂ ਕਾ ਲੈ ਜਿਹੜੀ ਗੱਲ ਕਹਿਣ ਤਾਂ ਕਹੀ ਜਾਊਗੀ ਮਾਂ ਗੱਲ ਮੈਂ ਛੱਡ ਛੋੜੇ ਰਿਸ਼ਤੇਦਾਰ ਮਾਰਦਾ ਹੁਣ ਜੁੱਤੀ ਫਿਰ ਮਾਰੂਗਾ ਨਹੀਂ ਹੋਰ ਕੀ ਕਰੂ ਨਾਲੇ ਭਰਾ ਜੀ ਕਿਉਂ ਬਣਦੇ ਆ ਵਿੱਚ ਤੋਂ ਆਲਾ ਬੋਲ ਜਾਣ ਕੇ ਫਰਾਂ ਦੇ ਮੈਂ ਕਹਿੰਦੀ ਮੈਂ ਤੇ ਰਾਨ ਨਹੀਂ ਕੰਨ ਨਹੀਂ ਹੁਣ ਤੀਵੇਂ ਦੁੱਖ ਦਾ ਐ ਤੋ ਕੀ ਛੁੱਟ ਛੜਾ ਲੈਣਾ ਮੈਂ ਤੂੰ ਕਿੱਡੀ ਕਰਨਾ ਤੂੰ ਕਿੱਡੀ ਕਰਨਾ ਬੱਕਰੀ ਤੂੰ ਵਾਲੀ ਤੂੰ ਨਾ ਹੁੰਦੀ ਨਹੀਂ ਧੋਂਦੀ ਨਹੀਂ ਹਾਂ ਲੱਗਣ ਦੀ ਲੋੜ ਨਹੀਂ ਠੀਕ ਮੇਰੇ ਮੂੰਹ ਲੱਗੂ ਛੜਿਆ ਖਾਂ ਤੇ ਮੈਂ ਆਇਆ ਤੇ ਮੈਂ ਚੰਗਾ ਨਹੀਂ ਲੱਗਦਾ ਹਾਂ ਨਹੀਂ ਤੇਰੇ ਆਪ ਦਾ ਕੋਈ ਅੱਜ ਦੇ ਦਿਨ ਤਾਂ ਟਿਕ ਤੇ ਬੜਾ ਮੋਟਾ ਅੱਜ ਦੇ ਦਿਨ ਤਾਂ ਟਿਕ ਜੋ ਮੈਨੂੰ ਪਤਾ ਲੱਗ ਗਿਆ ਅਬ ਦੇਖ ਲੈ ਛੜਿਆ ਹਰ ਕੱਡਾ ਮੇਲਾ ਮਰ ਗਈ ਬਟਕਾਰ ਦੇ ਲੈ ਲੈ ਚੱਲ ਕੱਲ ਰੋਣਾ ਚੱਲ ਚੁੱਪ ਕਰ ਬਾਈ ਕੋਈ ਨਾ ਕੋਈ ਇਹ ਜਾ ਰਹਾ ਤਾਂ ਹੋ ਰੋ ਨਾ ਕੋਈ ਨਾ ਇਸ ਬਾਹ ਇਹ ਜਾ ਕੋਈ ਚੋਬਾ ਹੋਰ ਆ ਮਿਲ ਗਿਆ ਮੇਲ ਤੇ ਦਾ ਫਲ ਜੇ ਇਕੱਠੇ ਕਰਾਈ ਤੀ ਉਹ ਮੇਲਾ ਮਰ ਗਿਆ ਤਾਂ ਪੈਂਦੇ ਯਾਰ ਮੇਰੇ ਵਾਲਾ ਖੋਲਾ ਨਾ ਇਹਦਾ ਆਈ ਹੈ ਤਾਂ ਚੱਲ ਕੋਈ ਨਾ ਕੋਈ ਨਾ ਬਾਤ ਕੋਈ ਨਾ ਚੁੱਪ ਕਰ ਪਤਾ ਖੇਤ ਜਾਂਦਾ ਵੈਲਿਊ ਨਾ ਕਾਹਨੂੰ ਜਾਣਾ ਕੋਈ ਨਾ ਚਾਹ ਪਾਣੀ ਪੀ ਕੇ ਜਾਈ ਕੋਈ ਨਾ ਬਲੂ ਦਲੀਆ ਕਰਾ ਦੇ ਜੱਛੇ ਪੋਰਾ ਬਖਾ ਕੇ ਬਾਬਾ ਵੀ ਬਣਾ ਦੇ ਜੱਜ ਬਣਾ ਦੇ ਕੋਈ ਨਾ
मैं बहुत कतल करे ने पता तेरे कतला का कोई ना बस इन कोई ना हो जाने निका लेना प्रीत दे आपे तो की गाह छड़ाउणा गा की करना पए तो मेरा की पता मेरी सुत्ती पई बिस्तरे सन्नियां ला ला अपने डंगरा नु कख मेरा की पता इहदे सुत्ती पई दे बिस्तरे च सप सड़दा नाले रब दा भाणा हो जू फिर मेरा की कर लूं अपने तू गाल मेरा की कर लूं की ऐसा कुछ नहीं करना ना मेरा की कर लूं ना ना बोच के बोच के बच लिया ले बड़ है की है जा इसे की है जेड़ा तू खोलण नहीं दंदा की है जपटारी चा तू दच्चा ता हैगा जद्दे खुलदा चिंग चंगेड़ी पंदा नाल ओदे ने बूजे थल्ले लट दीती फिर मोदियां च रोण वेले रांझा डोली वेले होर दी बणी आए डोली वेले ओए बलवीर सिया चा दी घुट पी के आईए ਬੜਾ ਰਹਿ ਗਿਆ ਕੀਲਾ ਬੜਾ ਦੀਏ ਵੀ ਭਾਵੇਂ ਤਾਂ ਦਸ ਦਿਨ ਹੋਰ ਨਾ ਹੁੰਦਾ ਮੇਰੇ ਸਾਲੇ ਨੇ ਘਰ 'ਤੇ ਕਬਜ਼ਾ ਕਰ ਲੈਣਾ ਤੀ ਹੈ ਕਲ ਯੁੱਗ ਹੈ ਲੋਕ ਮਾੜੇ ਹੋ ਗਏ सुनाम गणी क्यों मूर्ख बनाउणी है मैनू मैं इधरली बस छेती मिल गई मैनू मैं चल इधर दी बस चलदी है अच्छा ताही मैं चरनो रंग जे क्यों बटा गई रब ने रख लिया तू तो मरिया समझ रहे थी वीरा मरदा चार महीने हो रहा कदर लई है सारा बेचारा कि मैनू बीबी कि मैं सला पिंड का मूहनी दे मेरी तो भैली हो गई समय तो लग गया महीना चार महीने हो गए मैं पूरी बेपता च सी तू फोन करके पूछा एक बारी भी है पता मिंदर किन्ना ढिला होगा सी जे सारा ओ दवाई बूटी दा खर्चा उठा जोगे ने उठा हां अच्छा मेरे जवाक दी फीस तक स्कूल दी हो जंदा रहा है हां हुण जोगा रब हो गया ए भुल गई भीरे नु जदों आलू दीयां बोरियां डेगदा ती है देखो ना लिया ता कदे कणक दबाती मरा सला ब्रांड अच्छा बनाता रब हो गया की भला कीता तू गुनाह दित्ता हां रब हो
हो गया क्या आख्या था वो ता गुगे पीर दे जा जा चूड़ियां भर दी सी आखे भीर ब्याह ना कराई चरनो तेरे नाल जम्मी है तेरे नाल जीऊ तेरे नाल मरू बे बथेरा कीता अरे हले पर मर ले हले 2 महीने बाद ते की बागे चंद्रिए मरने तू नहीं खड़ा मेरे नाल हो जा जा जी कर लेगा हां नहीं खड़ा मजा करदा मीटर लेके सीगे ओहो ओहो इने लवाया तारे पत्त के ओ काही जोगा नहीं छड्डा ओए मेरी गल सुन ले तो फिर जे इन्नी बेपता सी ना मेरे नाल जोगा खड़े हां मेरे तो रब नहीं भूल गई जेड़ा मैं खड़ा सी ए पुल्ली ए करती बदल गया तू बदल गया हां क्यों खा तेरा मैं जमीन मेरी खा गई कर लिया है कासे जो गाड़ी छड़ा मेनू मार दी मेनू स्प्रे दो मेरे सालो है दर्द ख्या जा बिना लाइट दी ना आ क्या रह जा क्या बस एक आ केड़ा तोरा हाँ। गई ओ की हाला जोगे ओए बढ़िया जस्सा ओ ठीक है बढ़िया बढ़िया और दस लाया सीजन हां सीजन लाया मैं चल बढ़िया बढ़िया रहा उधर हां बढ़िया रहा बढ़िया रहा हुन फिर इथे शुरू करेंगे हैं और हुन मशीन आ रही है फिर 7-8 दिन तो पता लग जांदे ने हुन च आए ता पहला पहला आके चल मंगौरे चला लिए यार चल बढ़िया तेरा तो बढ़िया काम आ नाल खेती बाड़ी फिर खेती बाड़ी करी जाने आपा ही करी जाने कौन तू करदा हां आपा ही करी जाने चल उधर बिकदी बाग जाने यार एमपी गणी तू कदों आया थी मैं तो हुणा पूरा तैनू पता उधर चल बसी सी ना अच्छा फिर मैं इथी महा यार आपदे पिंड तो बना हुण केड़ा उठदा नहीं तां हुण मैं पिंडी रहण लग गया फिर काम तां दिदा काम तां दिदा भाई आ ले ली एक तां जमीन दो के लिया ले ले भीरे वाले भीरे वाले तां ले ले ओ बेचदा सी महा यार आपा ले लेने केड़ा फर्क आ कोई है कुदरती सबब बन गया दलाल जे गल पै गए यार मेरे तां खेड़ा नहीं छड्डा मैं तां एवें कन्नी जी कतराउंदा सी मैं एवें बैर पैण वाली गल हो जांदी ना 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 ठीक है ठीक है चल पर मैं यार किड्डी गल आ पैसे होर दे दूं कोई मेरे कोले पैसे सी मैं फड़ाते ए तां है ना वधिया वधिया चल तूं किवें फिर इन्ना मत्था मारदा विच ही मशीन विच ही खेती हो तूं ही दे देना ठेके ते मैं तां पहला तां यार मैं दित्ती थी ठेके ते एक दो बार हां ओ गल जी बणदी नहीं क्यों इक तां आला बाण बूण खराब कर दिंदा यार तेनू पता पांच छे छे बोरियां पैंदा है मैं ना रखाऊं देना इन्ना डिगना बाण खराब हो जाता फिर उपजाऊ नहीं ना रहिंदा बाण हो जा काम ले जस्से लोका हुण तू ऐ मान ला मैं दो करूंगा इथे जेड़े हैगे आ ऑर्गेनिक करूं जेड़े बंदे ने ठेके ते दे ली ऐ नहीं मैं रेडियां बोरियां सड़ दूं विच भाई इथों लेके आंदे ने मुल्ल खड़ी खड़ाई दा पाउंदे ने लोक ना ना ठीक है ठीक है एक नंबर बाण रखांगा ओए ना फिर माड़ा मोटा यार हुंदा नहीं हैगा फिर हुण तू आ ला ला भाएं तेरा गुल्ली डंडा देखी बाकी तू कर ली यार जे तेरी बनती हुई नाले कट्ठे आ उरे मैं सांभ लै करू मेरे आली लै ली तू इथों ऐ करी हाँ। खेती देखी तू हुंदी एक नंबर फसल राय करके दसी तू मैनू मैनू ऐ भी कट्ठा हो जाए कि उधर फिरदा रहूं मैं साडे आले नू पुछ लूं जा फिर बड्डण नू सोडे आले नू तां की पुछना तैं क्यों अड्ड बड्डा आ थोड़ा तू ओ पहला ਤਾਂ ਅੱਡ-ਬਿੱਡ ਤੀਗੇ ਹਾਂ ਆਪਾਂ ਅੱਜ ਰੱਖ ਲਏ ਉਧਰ ਜੀ ਭਾਂਡੇ ਫਿਰ ਖੇਤ ਹੀ ਰਹਿ ਲਿਆ ਕਰਾਂਗੇ ਹੁਣ ਅਸੀਂ ਦੋ ਯਾਰ ਓਏ ਯਾਰ ਹੁਣ ਚੱਲ ਲੜ ਕੇ ਪੈਦਾ ਕਿੰਨਾ ਕੁ ਟਾਈਮ ਅੱਗੇ ਵੀ ਤਾਂ ਸਾਰੀ ਉਮਰ ਇਕੱਠਿਆਂ ਨੇ ਕੱਢੀ ਐ ਨਾਲੇ ਤੇਰੀ ਮੇਰੇ ਵਰਗਾ ਫਿਰ ਆ ਕੇ ਊ ਹੈ ਉਂਗਲਬਾਜੀ ਲਾ ਲੈਂਦਾਗਾ ਵੀ ਐ ਕਰ ਦੋ ਬਾਹ ਕਰ ਦੇਉਂਗੇ ਇਕੱਠੇ ਹੋ ਗਏ ਤੁਸੀਂ ਹਾਂ ਚੱਲ ਅੱਜ ਹੀ ਰੱਖੇ ਨੇ ਆਪਾਂ ਭਾਂਡੇ ਚੱਲ ਬਾਈ ਆਪਾਂ ਤਾਂ ਬਹੁਤ ਖੁਸ਼ੀ ਹੋਈ ਤੈਨੂੰ ਐਵੇਂ ਨਾ ਨਾ ਵਧੀਆ ਵਧੀਆ ਬਾਕੀ ਜੇ ਤੂੰ ਕਹਿਣਾ ਕੋਈ ਗੱਲ ਨਹੀਂ ਮੈਂ ਇੱਕ ਵਾਰ ਕਰ ਲੂੰਗਾ ਗੱਲ ਪਰ ਮੇਰਾ ਤਾਂ ਹੈ ਨਹੀਂ ਮਨ ਯਾਰ ਠੇਕੇ ਠੁਕੇ ਤੂੰ ਤਾਂ ਮੇਰੀ ਗੱਲ ਸੁਣਾ ਤੂੰ ਮਸ਼ੀਨ ਵਾਲਾ ਤੇਰਾ ਕੰਮ ਵਧੀਆ ਚੱਲੀ ਜਾਂਦਾ ਨਾ ਮਸ਼ੀਨ ਵਾਲਾ ਤਾਂ ਪਰਮਾਤਮਾ ਦੀ ਕਿਰਪਾ ਨਾਲ ਤੂੰ ਹੀ ਸਮਝ ਯਾਰ ਪਰਮਾਤਮਾ ਦੀ ਕਿਰਪਾ ਨਾਲ ਤੂੰ ਜ਼ਮੀਨ ਮੈਨੂੰ ਦੇ ਠੇਕੇ ਤੇ ਨਾ ਨਾ ਕੋਈ ਨਾ ਕਿਤਾ ਫਿਰ ਅਸੀਂ ਕਰਦੇ ਗਾਹਲੀ ਬਾਰ ਦੇਖ ਲਾਂਗੇ ਚੱਲ ਇਹ ਤੂੰ ਸੋਚ ਕੇ ਤੇ ਸੀ ਘਾੜਤੀ ਤੇ ਦੱਸੀ ਵੀਰ ਬਣ ਕੇ ਮੈਂ ਇੱਥੋਂ ਨਾ ਜਾਇ ਨਹੀਂ ਆਂਦਾ ਤੈਨੂੰ ਸਹੀ ਗੱਲ ਦੱਸਾਂ ਕਿਵੇਂ ਓਏ ਆੜਤੀ ਦਾ ਆਪਾਂ ਇਕੱਠੀ ਛੱਡ ਦਾਂਗੇ ਫਿਰ ਅੱਛਾ ਚੱਲ ਮੈਂ ਕੋਈ ਗੱਲ ਹੀ ਕਰ ਲੂੰਗਾ ਪਤਾ ਉਹ ਵੀ ਸਾਡੇ ਵਾਲੇ ਨੂੰ ਪੁੱਛ ਲੂੰਗਾ ਮੈਂ ਬਾਕੀ ਤੂੰ ਉਹਦੇ ਨਾਲ ਕਰ ਲਈ ਗੱਲ ਐ ਕੀ ਕਹਿੰਦਾ ਤੈਨੂੰ ਉਹ ਥੋੜਾ ਜਿਹਾ ਨਾ ਚੱਲ ਕੀ ਦੱਸਾਂ ਤੈਨੂੰ ਮੈਂ ਤੂੰ ਕਰ ਲਈ ਇਹ ਜਾ ਕੋਈ ਗੱਲ ਨਹੀਂ ਤੂੰ ਕਰ ਲਈ ਐ ਦਿਲ ਦਾ ਨਹੀਂ ਮਾੜਾ ਹੈਗਾ ਉਹ ਚੱਲ ਹਾਂ 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 ਆਪਣਾ ਨਾਲ ਰੇਰੂ ਨਾ 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 ਬਸ ਨਾ 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 ਬਸ ਓਕੇ ਠੀਕ ਆ ਹਾਂ ਠੀਕ ਆ ਵਧੀਆ ਨਵੇੜ ਭਰਾਵਾ ਜਾਉਂਦੇ ਤੂੰ ਆ ਕੇ ਮੈਂ ਡਾਉਣਤੀ ਓਏ
ਡਾਉਣ ਨਹੀਂ ਸੀ ਉਮਰ ਵੀ ਬਹੁਤ ਹੋ ਗਈ ਸੀ ਬਾਈ ਹਾਂ ਉਮਰ ਤਾਂ ਖਰ ਬਹੁਤੀ ਆ ਚੱਲ ਚੰਗਾ ਦੱਸ ਤੇਰੀ ਡਾਣੋ ਨਾਲ ਖੇਡਦੀ ਆ ਹੁੰਦੀ ਪੱਕਠੀਆਂ ਇਹ ਪਹਿਲਾਂ ਤੀਆਂ ਤੂੰ ਐ ਜਾਂ ਚ ਬਾਈ ਬਹੁਤ ਪਿੰਡ ਦਾ ਫਿਰ ਤੈਨੂੰ ਪਤਾ ਵਸੇਵਾ ਹੈ ਹਾਂ ਉਹ ਤਾਂ ਪਈ ਤਾਂ ਨਰੋਈ ਦੀ ਯਾਰ ਹਨਾ ਬਸ ਨਰੋਈ ਕਰਕੇ ਟੈਕ ਆ ਗਿਆ ਬਾਈ ਅੱਛਾ ਹਾਂ ਅੱਜ ਸਵੇਰੇ ਸਾਫ਼ ਕੀਤਾ ਹੁਣ ਸਮਾਨ ਲਿਆ ਕੇ ਫਿਰ ਗੰਦ ਪਾ ਲਿਆ ਮਿੱਟੀ ਮਿੱਟੀ ਕਰਤਾ ਮਾਸੀ ਕੁਛ ਤਾਂ ਸ਼ਰਮ ਕਰ ਲਾ ਤੂੰ ਨਿਆਣੀ ਥੋੜੀ ਨਾ ਸਿਆਣੀ ਬਿਆਣੀ ਆ ਮਿੱਟੀ ਦੇਖੀ ਫੇਰ ਅੰਦਰ ਲਈ ਜਾਨੀ ਆ ਚੰਗਾ ਭਲਾ ਪਤਾ ਸਵੇੜਾ ਸਾਫ਼ ਕਰਦੀ ਪਈ ਆ ਸ਼ਰਮ ਕਰ ਲਾ ਕੀ ਹੁੰਦਾ ਤੈਨੂੰ ਬੋਲਣ ਦੀ ਅਕਲ ਮਾਤ ਹੈ ਕਿ ਨਹੀਂ ਵੱਡੇ ਛੋਟੇ ਨੂੰ ਕਿਵੇਂ ਬੋਲੀ ਦਾ ਹੁੰਦਾ ਲੱਗੀ ਮੈਨੂੰ ਤਾਂ ਅਕਲ ਬਥੇਰੀ ਆ ਆ ਜਿਹੜੀ ਆ ਮਿੱਟੀ ਲਈ ਜਾਨੀ ਆ ਉੱਥੇ ਲਾ ਦਿੰਦੀ ਚੱਪਲਾਂ ਕੀ ਹੁੰਦਾ ਛੋਟਾ ਮਾਰੇ ਤਰਨਾ ਫਿਰਨਾ ਹਟ ਚਗੇ ਸੀ ਵੀ ਨੰਗਾ ਟੱਪਣਾ ਹਟ ਚਗੇ ਤਾਰ ਲਵਾ ਦੇ ਤਾਰ ਆ ਵਿਚਾਲੇ ਕਰਕੇ ਮਾਸੀ ਕੋਈ ਨਾ ਭੈਣੇ ਮੈਂ ਕਰ ਦਿੰਨੀ ਆ ਕਰ ਲੋ ਮਾਸੀ ਅੱਜ ਭਾਂਡੇ ਰੱਖੇ ਅੱਜ ਤਾਂ ਨਾ ਖੜਕਾ ਬਖਸ਼ ਦੇ ਹੁਣ ਤਾਂ ਖੜਕਦੇ ਰਹਿਣੇ ਥੋੜੇ ਤੱਕ ਤਾਂ ਟਿਕਣੇ ਹੀ ਨੀ ਹੈਗੇ ਮੈਂ ਤਾਂ ਉੱਜੜ ਜੂੰਗੀ ਰਹੋ ਇੱਥੇ ਚੌੜੇ ਹੋ ਕੇ ਉੱਜੜਨਾ ਜਾਊਂਗੀ ਨਿੰਬਰ ਨੂੰ ਕੱਚ ਦੇ ਗਲਾਸ ਵਿੱਚੋਂ ਤੂੰ ਦਿਸਦੀ ਜਦੋਂ ਪਹਿਲਾਂ ਪੈਗ ਲਾਈਦਾ ਜਦੋਂ ਪਹਿਲਾਂ ਪੈਗ ਲਾਈਦਾ ਤੂੰ ਪੈਣਾ ਕਰ ਛੱਕੀਆਂ ਜਾਈਆਂ ਝੂਠ ਉਹਨਾਂ ਦੀ ਜਾਰੀ ਨੀ ਅੱਜ ਦੇ ਵਿਛੜੇ ਕਦੋਂ ਮਿਲਾਂਗੇ ਜੱਟੀਏ ਸਮਝ ਨਾ ਆਵੇ ਨੀ ਕੱਲੇ ਹੀ ਲੱਗ ਰਿਹਾ ਹਾਏ ਇੰਦਰ ਸਾਜਲੀ ਵਾਲਾ ਹੀਰੇ ਰੋਵੇ ਤੇ ਕੁਰ ਲਾਵੇ ਨੀ ਨੀ ਆਖੇ ਲੱਗਲਾ ਮੇਰੀਆਂ ਮੰਨਲਾ ਪਊ ਪਛਤਾਉਣਾ ਜਵਾਨੀ ਟਲ ਜੂਣੀ ਹਾਏ ਡੁੱਬ ਜਾਣੀ ਐ ਕਿਉਂ ਓਏ ਕਵੇਲੇ ਲੱਗ ਰਿਹਾ ਮੈਨੂੰ ਓਏ ਹੈ ਭਗਵਾ ਕੱਲੇ ਹੀ ਰਹਿ ਗਏ ਕਿਉਂ ਰਹਿ ਗਏ ਕਹਿੰਦਾ ਕੱਲੇ ਰਹਿ ਗਏ ਬਈ ਕੱਲੇ ਪੀ ਪਾਗੇ ਆ ਦੇਖ ਤੇਰੇ ਬਾਤੇ ਮਗਰੇਈ ਦਾ ਮੀਟ ਲਿਆਇਆ ਆਪ ਆਪਦੇ ਹੱਥੀਂ ਬਣਾ ਕੇ ਸਾਰੀ ਰਾਤ ਹੋ ਗਈ ਟੋਬੇ ਤੇ ਬੈਠੇ ਨੂੰ ਉੜਦਾ ਦੇ ਮਗਰੇਈ ਦਾ ਖਵਾ ਦੇ ਚਾਹੇ ਸੱਪਣੀ ਦਾ ਖਵਾ ਦੇ ਬੰਤ ਬਹੁਤ ਟਾਈਮ ਮਰਜ਼ੀ ਖਵਾ ਦੇ ਚਾਹੇ ਸ਼ੇਰਨੀ ਦਾ ਖਵਾ ਦੇ ਗਲਾਸ ਪਿਓ ਓਏ ਖਵਾ ਦਾਂਗੇ ਤੈਨੂੰ ਸ਼ੇਰਨੀ ਦਾ ਵੀ ਖਵਾ ਦਾਂਗੇ ਉਹ ਬਈ ਨੇ ਉਧਰ ਸਾਰੀ ਰਾਤ ਹੋ ਗਈ ਹੁਣ ਰੱਦਿਆ ਚੀੜਾ ਬਾਲਾ ਬਣਿਆ ਪਈ ਮੈਂ ਖਾ ਕੇ ਦੇਖ ਰਿਹਾ ਨੀ ਮਰਾਦ ਮਰਾਦ ਪੱਗ ਬੰਤੇ ਕੀ ਹੋ ਗਿਆ ਸਰਗੜੀ ਰਹਿ ਜਹਾਨ ਚ ਓਏ ਕੋ ਮੈਂ ਸੁਥਣ ਬਚਾਉਂ ਪਏ ਤਾਂ ਪਹਿਲੀ ਰੰਗੀ ਜਾਂਦਾ ਮੜੇ ਕਰਮ ਵਾਲਾ ਕੀ ਹੋ ਗਿਆ ਇਹਨੂੰ ਬਾਇ ਤੈਨੂੰ ਬਾਇ ਤੈਨੂੰ ਦੱਸਦਾ ਮੈਂ ਪੀਵੀ ਬਾਜੀ ਦਾ ਚੱਕਰ ਆ ਜਿਹੜੇ ਪੀਵੀਆਂ ਚ ਫਸਦੇ ਨਹੀਂ ਬਾਇ ਆ ਬਾਗੂਆ ਬਾਇ ਕਿਉਂ ਰੋਣਾ ਤੂੰ ਗੜਿਆ ਇਹ ਕੱਡਾ ਤਾਂ ਅੱਜ ਕਾਰਜ ਦਾ ਕੰਮ ਹੈ ਤੂੰ ਉੱਥੇ ਰੰਗਣ ਬਹਿ ਜਾ ਹੁਣ ਕੰਮ ਦਾ ਬਹੁਤ ਸੁਨੱਖਾ ਹੋ ਗਿਆ ਸੁਨੱਖਾ ਕੰਮ ਹੋ ਗਿਆ ਕੌਲੀ ਹੈ ਨਹੀਂ ਕੋਈ ਕੌਲੀ ਨਹੀਂ ਹੈਗੀ ਕੌਲੀ ਇੱਥੇ ਪਈ ਇਹਦੀ ਜੜ ਚ ਲੈ ਲਿਆ ਚੱਕ ਕੇ ਕੌਲੀ ਚੱਕ ਕੇ ਰੱਖ ਕਿਉਂ ਹੈ ਆਉਂਦੀ ਹੈ ਮੁਸ਼ਕ ਦੇਖ ਤੂੰ ਕਿਉਂ ਹੈ ਆਏ ਹਾਏ ਮੁਸ਼ਕ ਬਹੁਤ ਘੈਂਟ ਆਉਂਦੀ ਹੈ ਚੋਂ ਅੱਗੂਆ ਉਹ ਅੱਗੂਆ ਦੂਜੇ ਮਸਾਲੇ ਜੇ ਪਾਏ ਹੋਏ ਨੇ ਮੈਂ ਤਾਂ ਫਿਰ ਐਂ ਬਣਾਉਣਾ ਬਤਕਾਰ ਨਿਕਲ ਗਈ ਉਹ ਨਿਕਲ ਗਈ ਬਤਕਾਰ ਲਗਾ ਕਮਾ ਗਈ ਹੁਣ ਕਰਨੋ ਜੋਗੇ ਨਾਲ ਬੈਠੀ ਜਾਂਦੀ ਸੀ ਕਹਿੰਦੀ ਜੋਗਾ ਮੇਰਾ ਰੱਬਾ ਜੋਗਾ ਰੱਬ ਹੋ ਗਿਆ ਭਾਗੂ ਪਤਕਾਰ ਤੀਵੀਆਂ ਦਾ ਕੋਈ ਰੱਬ ਨੀ ਹੁੰਦਾ ਓਏ ਜੋਗਾ ਇਹ ਗੱਲ ਲਿਖ ਕੇ ਲਾ ਮੈਂ ਜੋਗਾ ਰੱਬ ਹੋ ਗਿਆ ਭਾਗੂ ਆਵਾ ਹੈ ਵੀਰਾ ਠੱਗ ਹੋ ਗਿਆ ਜੋਗਾ ਰੱਬ ਹੋ ਗਿਆ ਤੂੰ ਆ ਫੜ ਜੇ ਤਾਂ ਖਾਏਗਾ ਚਮਚਾ ਭੋੜਾ ਕਿੱਥੇ ਲੰਘਦਾ ਹੁਣ ਕੁਝ ਨਹੀਂ ਨੰਗਰ ਨੂੰ ਕੁੱਤੋ ਦਾ ਗਲ ਖਰਾਬ ਹੋ ਗਿਆ ਤੇਰਾ ਥੱਲੇ ਰੱਖ ਲੈ ਤਾਂ ਤੁਮੇ ਮੰਟਲ ਦਮਾਕਾ ਹੋਏ ਬੰਦਾ ਬੰਦਾ ਛੱਟਾ ਤਾਂ ਕੱਢਦਾ ਹਾਂ ਬੋਲ ਮਾਰਨਾ ਬੰਦਾ ਹੈ ਮਾਰਨਾ ਓਏ ਕਿਉਂ ਕੰਜਦਾ ਸੁੱਤੀਆਂ ਕਲਾ ਠਾਉਣਾ ਤੂੰ ਹਾਂ ਮੈਂ ਤਾਂ ਉਹ ਛੱਡ ਦੇ ਤਾਂ ਮਾਰਨਾ ਮੈਂ ਲਿਆਉਣਾ ਮੇਰੀ ਭੈਣੇ ਯਾਰ ਮੇਰੀ ਜਨਾਨੀ ਖੋਲੀ ਮੇਰੀ ਜ਼ਮੀਨ ਖੋਲੀ ਮੇਰੇ ਕੋਲ ਟੈਂਗਨ ਰਹਿ ਗਿਆ ਤੇਰਾ ਕਰੇਬਾ ਪੜਾਇਆ ਹੋਇਆ ਤੇ ਕੰਨ ਤੇ ਹੈਗਾ ਸੀ ਬਈ ਜਨਮਾਂ ਜਨਮਾਂ ਦਾ ਦੀ ਨਹੀਂ ਤੇਰੀ ਆਪ ਦੀ ਬਹੁਤੀ ਉਹ ਮੇਰੀ ਤਾਂ ਆਪ ਦੇ ਤੂੰ ਵੀ ਬਾਦੀ ਦੀ ਕਮ ਮੈਨੂੰ ਆਪ ਦੀ ਤੋਂ ਬਾਈ ਦੀ ਇਹ ਚਰਨ ਆਗੂਆ ਗੱਲ ਫਰੈਂਡ ਹੈ ਜੀ ਹੈ ਪਤਾ ਨਹੀਂ ਕਿਹੜਾ ਗੱਲ ਹੁੰਦਾ ਮੈਨੂੰ ਤਾਂ ਪਤਾ ਨਹੀਂ ਉਹ ਤਾਂ ਕਹਿੰਦਾ ਕਿ ਮੈਨੂੰ ਗੱਲ ਫਰੈਂਡ ਆ ਕਹਿੰਦਾ ਮਾਰ ਦੇਣਾ ਮਾਰ ਨਾ ਓਏ ਬੰਦਾ ਮਾਰਨਾ ਇਹ ਇੱਕ ਦੂਜੇ ਨਾਲ ਖਰਾਬ ਤੇ ਗਲਤ ਤੀ ਹੈ ਗਲਤ ਤੀ ਹਾਂ ਚਲ ਓਏ ਜੇ ਕੰਮਾਂ ਚ ਕੁਛ ਹੌਲੀ ਛਾੜਾ ਨਾ ਪੀ ਮਰ ਜੇਗਾ ਮੈਂ ਨਹੀਂ ਮਰਦਾ ਬੰਤਾ ਜੋਗਾ ਮਰੂ ਮਾਰ ਦਾਂਗੇ ਜੋਗਾ ਮਰੂ ਹੈ
ਕਰਾਰੀ ਬਹੁਤ ਆ ਗਿਆ ਹੈਂ ਕਰਾਰਾ ਤਾਂ ਮੈਂ ਬਣਾਉਣਾ ਫਿਰ ਕਰਾਰੇ ਦੀ ਪਈਆ ਭਾਗੂਆ ਮੇਰੀ ਭੈਣ ਦੀ ਜ਼ਿੰਦਗੀ ਖਰਾਬ ਹੋ ਗਈ ਤੂੰ ਕਰਾਰੇ ਦੀ ਪਈਆ ਮੇਰੀ ਗੱਲ ਇੱਕ ਸੁਣ ਲੈ ਰੋਵ ਨਾ ਤੂੰ ਗਾਬਾ ਤੂੰ ਭੈਣ ਫਿਰੇ ਬਾ ਜਾਣ ਰੋਵ ਨਾ ਮੈਂ ਤੈਨੂੰ ਕਹਿਤਾ ਜਦੋਂ ਰਾਜੇ ਐਂ ਕੋ ਕਰਦਾ ਹੁਣ ਤੂੰ ਫੋਨ ਲਾ ਬਾਏ ਬੰਤ ਬਲਾ ਬੰਦੇ ਬੰਦੇ ਬਲਾ ਨਹੀਂ ਤਾਂ ਪੈਗ ਲਾਏ ਤੂੰ ਬੰਦੇ ਅੱਛਾ ਠੀਕ ਆ ਹੁਣ ਮੈਂ ਉਹੀ ਮਰੀ ਜਾਂਦਾ ਨਾ ਠੀਕ ਆ ਬਾਈ ਹੁਣ ਤੈਨੂੰ ਕੀ ਦੱਸਾਂ ਮੈਂ ਤੇਰੀ ਜ਼ਮੀਨ ਸਾਰੀ ਉਹਨੇ ਬਕੇਟਰੀ ਭਣਾਉਣੇ ਪਰ ਭੈਣ ਹੈ ਹੁਣ ਤੈਨੂੰ ਮੈਂ ਉਂਗਲਾਂ ਲਾਈ ਜਾਵਾਂ ਮਰਵਾਦਾ ਤੈਨੂੰ ਮੈਂ ਹੁਣ ਮੈਂ ਤੈਨੂੰ ਕਿਹਾ ਛੱਡਦਾ ਪੈਂਦਾ ਹੁਣ ਤੇਰੇ ਕੰਮ ਦੀ ਰਹੀ ਨਹੀਂ ਹੁਣ ਨਹੀਂ ਛੱਡਦਾ ਭਾਗ ਗਿਆ ਪਹਿਲਾਂ ਮੁਕੂੰ ਬਦਲ ਜਲਦੀ ਮੈਂ ਹਟਦਾ ਦਾ ਇਹ ਜਿਹੜੀ ਮੈਨੂੰ ਧੋਖਾ ਦੇਗੀ ਨਾ ਰੰਨ ਹੈ ਰੰਨਾ ਚੰਚਲ ਹਾਰੀ ਹੈ ਯਾਰ ਮਰਬੋ ਦੀ ਅੰਦਰ ਵੜ ਕੇ ਭਾਗੂਆ ਇਹੜੀ ਮੈਨੂੰ ਦੇਗੀ ਧੋਖਾ ਨਾਲੇ ਬਦਲਾ ਲੂ ਇਹਦੇ ਨਾਲ ਨਾਲੇ ਜੋਗੇ ਨਾਲ ਮੇਰਾ ਯਾਰ ਪੱਤ ਹੈਗਾ ਤੂੰ 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 ਬਦਲਦਾ ਬਦਲ ਜਾ ਤੂੰ ਮੇਰੀ ਗੱਲ ਇੱਕ ਸੁਣ ਲੈ ਮੈਂ ਤੇਰੀ ਤੇਰੀ ਜਾਨ ਵਾਸਤੇ ਕਹਿਣਾ ਵੀ ਤੇਰੀ ਜਾਨ ਬਚ ਰਹੀ ਹੈ ਲੜੂੰਗੇ ਸੀ ਉਹਨੂੰ ਕਦੇ ਤੜਕੇ ਦਾ ਛੂਰ ਦੇ ਨਹੀਂ ਦੇਖਦਾ ਜਾ ਲਾ ਦੇ ਛੇ ਹਾਂ ਲਾ ਦੇ ਉਹਨੂੰ ਛੇ ਹਾਂ ਲਾ ਦੇ ਤੈਨੂੰ ਦੱਸਤੀ ਗੱਲ ਮੈਂ ਇਧਰਾ ਭਾਈਆਂ ਭਾਈਆਂ ਜਾਣ ਜਾ ਰਾ ਮੈਂ ਇਧਰਾ ਹਾਂ ਜਾ ਰਾ ਪਾ ਜਾ ਰਾ ਜਾਰੀਆਂ ਦੀ ਸੋਖਾ ਮੈਂ ਮਾਰੂ ਮੈਂ ਰਗੜੂ ਛੌ ਲੱਗੇ ਠੀਕ ਹੈ ਮੇਰੇ ਛੜਦੀ ਛੌ ਹੋਰ ਦੱਸ ਲੰਮਾ ਹੁਣੀ ਮੰਗਵਣਾ ਬੰਦ ਗੱਲ ਕੀ ਕਰਦੀ ਤੂੰ ਬੰਦੇ ਰਹਿਣ ਦੇ ਆ ਲਾ ਟੈਲੀਫੋਨ ਉਹ ਬੰਦੇ ਰਹਿਣ ਦੇ ਇਹਨੂੰ ਕਜੂਪੀ ਤੀਮੀ ਤੂੰ ਵੀ ਮੰਗਾ ਦੇ ਨਾ ਤੀਮੀ ਦਾ ਨਾਮ ਨਾ ਲੈ ਉਹ ਮੈਂ ਉਹਦੇ ਵੀ ਕਹਿਤੀ ਮਸਲਾ ਦਾ ਤੀਮੀ ਦਾ ਬੰਦਾ ਚਾਹੇ ਚਾਰ ਸੌ ਮੰਗਾਲਾ ਬੰਦਾ ਚਾਹੇ ਚਾਰ ਸੌ ਮੰਗਾਲਾ ਬੰਦਾ ਹੁਣ ਆਜੂ ਇੱਕ ਟੈਲੀਫੋਨ ਤੇ ਪਰ ਤੀਮੀ ਦਾ ਕਿੱਥੋਂ ਬਿਹਾਰ ਤੋਂ ਮੰਗਾਵੇ ਕਿੱਥੋਂ ਮੰਗਾਵੇ ਆ ਜਿੱਥੋਂ ਮਿਰਜਾ ਪਰ ਤੂੰ ਆਉਣਗੇ ਬੰਦੇ ਚੱਲ ਮੰਗਾ ਲੈ ਫਿਰ ਤੂੜੀ ਦਾ ਕੁੱਪ ਬਣਾ ਲਾਂਗੇ ਤੂੜੀ ਤਾੜੀ ਨਹੀਂ ਪਾਉਂਦੇ ਉਹ ਫਿਰ ਜੇ ਤੂੰ ਐਂ ਭਲੇਖੇ ਚ ਐਂ ਹੋਰ ਕੀ ਕਰਨਗੇ ਉਹ ਤਾਂ ਫਿਰ ਖਾਲੀ ਕਰਕੇ ਜਾਣਗੇ ਪਿੰਡਾਂ ਦੇ ਪਿੰਡੋਂ ਰੁੰਜ ਕੇ ਨਾ ਆ ਗਏ ਉਹ ਨਾ ਸਿਆਪ ਇੱਧਰ ਤੁਰ ਪਿਆ ਖੂਨ ਖਰਾਬੀ ਹੋਊ ਉਹਦੇ ਇੱਧਰ ਮੂਤ ਗਿਆ ਹੋਣਾ ਓਏ ਕੰਜ ਦਾ ਉਹੀ ਨਾ ਕਰ ਦੇ ਓਏ ਬਾਈਦਾ ਤੂੰ ਨਾ ਗਲਤੜਾ ਲਈ ਸਾਲਾ ਮੂਤਨ ਦਾ ਆ ਲਾ ਟੈਲੀਫੋਨ ਲਾ ਦੇ ਮਨ ਓਏ ਤੂੰ ਰਹਿਣ ਦੇ ਓਏ ਲਾ ਦੇ ਦੋ ਅੱਖਰ ਤੂੰ ਅੱਛਾ ਆ ਗਿਆ ਮੈਂ ਉਹ ਤਾਂ ਲਵਾ ਲੈਣਾ ਮੈਨੂੰ ਤਾਂ ਆਪ ਨਹੀਂ ਲਾਣਾ ਆਉਂਦਾ ਓਏ ਅਸੇ ਉਹ ਕਿੱਧਰ ਤੋਰਦਾ ਹੁਣ ਉਹ ਕਹਿੰਦਾ ਮੈਂ ਮੂਤ ਕੇ ਆਉਣਾ ਆਹ ਮੜ ਜਾ ਮੈਂ ਇਧਰ ਪੈਰ ਤੇ ਤਾਂ ਮੂਤ ਜਾਂਦਾ ਨੂੰ ਕੱਲੇ ਨੂੰ ਕਾਹਨੂੰ ਤੋਰਦਾ ਟੈਲੀਫੋਨ ਲਾ ਕੇ ਤੂੰ ਮੜ ਜਾ ਇਹਨੂੰ ਕਿਉਂ ਲਾਉਣਾਗਾ ਆਹੀ ਅੱਖਰ ਲਾ ਦੇ ਜਿਹੜੇ ਸਮਝ ਤਾਂ ਆਉਂਦੇ ਨੇ ਅੱਖਰ ਦੇ ਕੀ ਨੇ ਉਰਦੂ ਚ ਲਿਖਿਆ ਹੋਇਆ ਹੈ ਹੈ ਲਾਉਣਾ ਲਾਉਣਾ ਕਿਤੇ ਉਰਦੂ ਚਾਹੇ ਮੜਾ ਜੇ ਦੇਖ ਕੇ ਲਿੰਕ ਤੇ ਗਲਤ ਲਾ ਦੇ ਕਿਹੜਾ ਉਰਦੂ ਲਾਉਣਾ ਠਾਣਾ ਹੋਏ ਉਰਦੂ ਨਹੀਂ ਦਾ ਨੰਬਰ ਦਾ ਲਿਖਿਆ ਹੋਇਆਗਾ ਉੱਪਰ ਉਰਦੂ ਲਿਖਿਆ ਹੋਇਆ ਨੰਬਰ ਦਾ ਲਿਖਿਆ ਹੋਇਆ ਸਾਫ ਦੇਖ ਲੈ ਉਰਦੂ ਸਾਤਾ ਚੌਕਾ ਸੀਤਾ ਉਰਦੂ ਆਉਂਦੀ ਆ ਮੈਨੂੰ ਲੈ ਫੜ ਵੱਡੀ ਬਾਜ ਕਰ ਦਿੰਦਾ ਇਹਦਾ ਹੈ ਵੱਡੀ ਬਾਜ ਕਰ ਦੇ ਮੈਨੂੰ ਸੁਣਦਾ ਘੱਟ ਹੀ ਆ ਘਰੇ ਬੈਠੇ ਲਾ ਲੈਂਦੇ ਆ ਕੋਈ ਨਾ ਕੋਈ ਨਾ ਉਹ ਪਤਾ ਨਹੀਂ ਬੋਲਦਾ ਬੰਤ ਹਾਂ ਘਰੇ ਬੈਠੇ ਲਾ ਲੈਂਦੇ ਉਸ ਨਹੀਂ ਹੁੰਦਾ ਚੈਨਾ ਬੋਲਦਾ ਹੈ ਬੰਦੇ ਚਾਹੀਦਾ ਚਾਰਕ ਛੋ ਇੱਥੇ ਖੜਕਾ ਦੜਕਾ ਜਾ ਹੋ ਗਿਆ ਤੀ ਪਿੰਡ ਹਾਂ ਕੋਈ ਨਹੀਂ ਖਰਚਾ ਤਾਂ ਮੈਂ ਉੱਠੂ ਸਾਰਾ ਮੈਂ ਕਰੂੰ ਆ ਹੁਣ ਕਿਹਦੇ ਨਾਲ ਕਲੇਸ਼ ਵਾਲੇ ਨੇ ਓਏ ਰਹਿਣ ਦੇ ਤੂੰ ਇੱਕ ਤਾਂ ਜ਼ਮੀਨ ਦੱਬਣੀ ਔਰ ਕਿਛੇ ਦੀ ਹਾਂ ਬਕੀ ਸੰਸੂਮ ਲਟ ਬੱਚੀ ਲਵੇਟ ਦਾਂਗੇ ਹੁਣ ਤਾਂ ਜਦੋਂ ਆ ਗਏ ਫਿਰ ਉਹ ਬੰਤਾ ਰਹਿਣ ਦੇ ਤੂੰ ਨਹੀਂ ਮੇਰੀ ਗੱਲ ਸੁਣੋ ਮੈਂ ਖੇਤ ਬੈਠਾ 7 ਵਜੇ ਤੈਨੂੰ ਗੱਡੀਆਂ ਮੇਰੇ ਬਾਰ ਤੇ ਚਾਹੀਦੀਆਂ ਨੇ ਉਹ ਕਿਹਨੂੰ ਲਾਈ ਜਾਂਦਾ ਤੂੰ ਫੋਨ ਉਹ ਹਾਂ ਬਸ ਤੂੰ ਜਿਵੇਂ ਮਰਜ਼ੀ ਕਰ ਕੋਈ ਨਹੀਂ ਮੈਂ ਪੈਸੇ ਪਵਾ ਦੂੰ ਆ ਜਾ ਆ ਜਾਓ ਹਾਂ 400 ਬੰਦਾ ਹੋਵੇ ਪੂਰਾ ਇਹ ਕਹੋ ਕਰਿਓ ਰੱਛੀਆਂ ਲੈ ਆਇਓ ਇੱਕ ਓਏ ਆ ਕੀ ਮੰਗਾਈ ਜਾਂਦਾ ਰੱਛੀਆਂ ਕੀ ਟੈਂਕ ਟੈਂਕ ਹਾਂ ਰੱਛੀਆਂ ਟੈਂਕ ਲਿਆਇਓ ਇੱਕ ਨਾਲ ਆਉਂਦਾ 4x4 ਹਾਂ ਕਿਹਦੇ ਨਾਲ ਹੁਣ ਤੇਰੀ ਕਿਹਦੇ ਨਾਲ ਲਾਗ ਡਾਟ ਹੋ ਗਈ ਲਾਗ ਡਾਟ ਤਾਂ ਹੁਣ ਦੇਖੀ ਸਾਜਲੀ ਨੂੰ ਕਸ਼ਮੀਰ ਬਣਾ ਦੂੰਗਾ ਇਹ ਜਿਹਾ ਬੰਦਾ ਤੂੰ ਰਹਿਣ ਦੇ ਤੂੰ ਰੇ ਉਈ ਨੱਗ ਲਾ ਕੇ ਤੁਰਦੀ ਸਾਡੇ ਪਿੰਡ ਨੂੰ ਮੈਂ ਬਣਾਉਂ ਕਸ਼ਮੀਰ ਹੁਣ ਬਾਈ ਤੂੰ ਠੰਡਾ ਮਾੜਾ ਮੋਟਾ ਰਹਿ ਠੰਡੇ ਠੰਡੇ ਛੱਡਾ ਖੂਨ ਕਦੇ ਠੰਡਾ ਕਰ ਤੂੰ ਦਾਰੂ ਚ ਪਾ ਕੇ ਨਾ 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 ਆ ਕੀ ਹੋ ਗਿਆ ਇਹਨੂੰ ਆ ਕੀ ਕੁਝ ਕਰੀ ਫੱਡਾ ਓਏ ਆਹ ਓਏ ਵਿੱਚ ਮੂ ਦੇ ਓਏ ਆ ਕੀ ਆ ਮੁਚਕਾ ਆਹ ਓਏ ਲੱਤ ਜੀ ਨੂੰ ਸਰਾਬ ਚੜਾਈ ਫਿਰਦਾ ਨਾਲ ਦਾ ਭਾਗੂਆ ਖੋਲ ਲਿਆ ਦੀ ਹਾਂ ਮਾਰਨਾ ਬਈ ਘੱਟ ਆ ਫੋਨ ਗਾਹ ਤੋਂ ਆ ਰਹੇ ਨੇ ਬੰਦੇ
ਰੋਟੀ ਖਾਓਗੇ? ਮੈਨੂੰ ਪਤਾ ਕੀ ਗੱਲ ਆਏ ਤੇ ਤੜਕੇ ਨੇ ਤੜਕੇ ਸੀ ਇਹਦੇ ਬਹਾਨੇ ਤੇ ਕਬਜ਼ਾ ਕਰਾਂਗੇ। ਕਿਹਦੇ ਤੇ? ਜੋਗੇ ਦੇ ਬਹਾਨੇ ਤੇ। ਅੱਪਾ ਤੁਹਾਨੂੰ ਕੀ ਕਹਿੰਦਾ? ਡੋਗਾ ਛੱਡ, ਡੋਗਾ ਛੱਡ ਮਤਾ ਛਾਮਲਟ ਵੀ ਡੱਬੂ ਜਾ ਭੱਜ ਕਹਿੰਦੇ ਤੇਰੇ ਪਿੰਡ ਵਾਲੀ ਪੰਚਾਇਤ ਨੂੰ। ਮੈਂ ਤਾਂ ਕੀ ਜੋਗੇ ਦਾ ਬਹਾਨੇ ਕਿਵੇਂ ਹੋਗੇ? ਬਹਾਨ ਦਾ ਮੇਰਾ ਮੇਰੀ ਗੱਲ ਸੁਣ। ਫੇਰ ਦੱਬਾਂਗੇ ਦੱਬਾਂਗੇ ਅਸੀਂ ਲਵੇ ਰਹਿੰਦਾ ਹੁੰਦਾ ਤੀ ਉਹ ਜੋਗਾ। ਜਾ ਜੋਗਾ ਕਹਿੰਦਾ ਤੀ ਮੇਰਾ ਪਿਓ ਬਾਈ ਦੀ ਚੀਜ਼ਾਂ ਬੁਲਾ ਲੈ ਜਿਹਨੂੰ ਬੁਲਾਉਂਦੇ ਨਹੀਂ ਪਤਾ ਇਹਨੇ ਬਹਾਨ ਵੇਚਦਾ ਡੀਲਰਾਂ ਨੂੰ। ਇਹਨੇ ਹਾਂ ਡੀਲਰਾਂ ਨੇ ਗਹਾਨ ਬਹਾਨ ਵੇਚਦਾ ਜੋਗੇ ਨੂੰ। ਹੁਣ ਜੋਗੇ ਦੀ ਇਹਦੇ ਨਾਲ ਬਣਦੀ ਹੈਣੀ ਇੰਜ ਦੀ ਸ਼ੁਰੂ ਤੋਂ। ਹੁਣ ਇਹ ਕਹਿੰਦਾ ਕਹਿੰਦਾ ਮੇਰੇ ਬਹਾਨ ਚ ਕਿਉਂ ਜੋਗਾ ਕਹਿੰਦਾ ਰੇ ਬਹਾਨ ਖੇਤੀ ਕਰਦਾ ਨਹੀਂ। ਇਹਨੇ ਚੱਲ ਡੀਲਰਾਂ ਨੂੰ ਵੇਚਦਾ ਜਿਹੜਾ ਵੇਚਦਾ ਫਿਰ ਜੋਗੇ ਨੇ ਕਹਾਂ ਡੀਲਰਾਂ ਤੋਂ ਲੈਣਾ। ਹੁਣ ਇਹ ਜੋਗੇ ਤੋਂ ਕੀ ਕਰਾਉਣਾ? ਹੁਣ ਤਾਂ ਐਵੇਂ ਜੋਗਾ ਮੇਰੇ ਬਹਾਨ ਚ ਖੇਤੀ ਕਿਉਂ ਕਰਦਾ? ਮਰਵਾਲਾ ਤਾਂ ਕਰੂਗੀ ਜੋ ਲੈ ਡੀਲਰਾਂ ਤੋਂ। ਮੇਰੀ ਜਨਾਨੀ ਵੀ ਲੈ ਗਿਆ ਬਈ ਉਹ। ਜਨਾਨੀ ਕਿਹੜੀ ਤੋਂ ਛੜਾ ਖੜ ਬੰਦਾ ਤਾਂ ਕੋਈ ਨਹੀਂ। ਗੱਲ ਫਰੈਂਡ ਚ ਹੈ ਜੀ ਚਰਨੋ ਕੰਜੂ ਦੀ ਲੱਛਣੀ ਤੁਹਾਡੇ ਗਏ ਬੜਾ ਇਹ ਗੱਲ ਫਰੈਂਡ ਚ ਕੀ ਜਰ ਉਹ ਲੈ ਗਿਆ ਉਹਦੀ ਕੀ ਮਜਾ ਲੈ ਬੰਦੇ ਦੀ ਖੰਗ ਜਾ ਬਰੇ ਮੜਾ ਮੋਟਾ ਹਟ ਜਾ ਤੂੰ ਹੈ ਬੈਠਾ ਹੁੰਦਾ ਨਾ ਬੰਦੇ ਆ ਰਹੇ ਨੇ ਤੂੰ ਬਹਿ ਜਾ ਬੰਦੇ ਆ ਰਹੇ ਨੇ ਮੰਨ ਲੈ ਗੱਲ ਮੰਨ ਲੈ ਬੱਤ ਜਾ ਰਹੇ ਨੇ ਬੱਤ ਤੋਤੇ ਡਾ ਦਾਂਗੇ ਹੁਣ ਤੋਤੇ ਤੂੰ ਬਹਿ ਜਾ ਮਰ ਗਈ ਦਾ ਹੁਣ ਦੇਖ ਕਿਹਨੇ ਬਣਾਇਆ ਇਹ ਮੈਂ ਬਣਾਇਆ ਬੰਤ ਨੇ ਬਣਾਇਆ ਰਾਤ ਮਰ ਗਈਆਂ ਲੈ ਦੋ ਮਾਰ ਕੇ ਇਹ ਕਿਹੜੇ ਟੋਪੇ ਚੋਂ ਕੱਢ ਲੈਂਦੀ ਤੂੰ ਉਹ ਟੋਬਾ ਤਾਂ ਉਹ ਗੁਰਨੇ ਵਾਲਾ ਪਰਲੇ ਪਾਛੇ ਟੋਬਾ ਨਹੀਂ ਰਾਤ ਮੂੜ ਬਣਿਆ ਹੋਇਆ ਤੀ ਬੰਦਾ ਮਾਰਨ ਦਾ ਤੀ ਬੰਦਾ ਕੋਈ ਮਿਲਿਆ ਨਹੀਂ ਪਰ ਸਾਹਮਣੇ ਮਗਰੇ ਹੀ ਬੈਠੀ ਤੀ ਟੋਬੇ ਚ ਪੜਪੜੀ ਚ ਮਾਰੀ ਗੋਲੀ ਪੁੱਠੀ ਕਰਤੀ ਲਿਆ ਕੇ ਰਨ ਤੀ ਕੱਠੀ ਕਰ ਕਰਕੇ ਬਾਈ ਉਹਦਾ ਮਰਗਈਆਂ ਛੱਡੀਆਂ ਤੀ ਟੋਬੇ ਚ ਹੁਣ ਲਾਂਬਾ ਦੇ ਕੇ ਆਊਗਾ ਇਹਨੂੰ ਕਾ ਖੋਲੀ ਜਾਣਾ ਹੈ ਅੱਜ ਲਈ ਹੋਏ ਪੰਡਾਂ ਦੇ ਪੰਡ ਫੂਕ ਦੂ ਜੇ ਖੁੱਲ ਗਿਆ ਇਹਨਾਂ ਜੱਪ ਖੋਲਿਆ ਕਰ ਭੈਂ ਦਾ ਬਣਿਆ ਵਧੀਆ ਜਾਣਾ ਕੱਠੇ ਜਾਣਾ ਨਾ ਜਾਂਦਾ ਨਹੀਂ ਰਿਹਾ ਹੈ ਜਾਂਦਾ ਨਹੀਂ ਜਿਸੇ ਨਾਲ ਗੱਲ ਕਰਦਾ ਉਰੇ ਆਓ ਐ ਕਰੀ ਫਿਰ ਹੁਣ ਕੋਈ ਕਬਲਦਾਰ ਦੀ ਗੱਲ ਜਿੱਦੇ ਜਵਾਕ ਜੂਗ ਇੱਕ ਹੋਰ ਭੜਕਦੀ ਫਿਰ ਹਾਂ ਹੈ ਹਾਂ ਗੇੜਾ ਦੂੰਗਾ ਤੂੰ ਹੀ ਛੱਡ ਕਰਨੀ ਆ ਉਹ ਤੂੰ ਦੱਸਣਾ ਸੁਣਾ ਗੱਲ ਆਪਣਾ ਮੂਡ ਚੜੂਗਾ ਐ ਵਜਾ ਹੋ ਗਿਆ ਚੱਲੀਏ ਦੋਏ ਘਰੇ ਜਾਣ ਜੋ ਵੀ ਇੰਨਾ ਦਾ ਫਿਰ ਓਏ ਆਪੀ ਪੈ ਜਾਣਗੇ ਇੱਥੇ ਆਪਾਂ ਮਸਾ ਆਪਣਾ ਕੰਮ ਬਾਈ ਨੂੰ ਸੁਣੀਆ ਆਪਣੀ ਹੈ ਆਪਾਂ ਤਾਂ ਕੋਈ ਭਈ ਬੈ ਕੇ ਰੋਟੀ ਖਾਈਆ ਮੰਜੇ ਤੇ ਚੱਲ ਆ ਜਾ